ਹੈਲੋ, ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਦੋਸਤੋ। ਆਜ ਹਮ ਜਾ ਰਹੇ ਹੈ ਮਿੰਨੀ ਗੋਆ, ਜੋ ਕਿ ਪਠਾਨਕੋਟ ਮੇਂ ਪੜਤਾ ਹੈ, ਔਰ ਆਜ ਹਮ ਵਹਾਂ ਪਰ ਜਾ ਕਰ ਜੋ ਵੀ ਐਕਟੀਵਿਟੀ ਹੋਗੀ ਆਪਕੇ ਸਾਥ ਜ਼ਰੂਰ ਸੇ ਕਰੇਂਗੇ, ਔਰ ਆਪ ਹਮਾਰੀ ਇਸ ਵੀਡੀਓ ਕੇ ਸਾਥ ਬਣੇ ਰਹੀਏ। रस्ते में जाते ये भाई साहब मिल गए हमें रेड़ी वाले, इनके पास खीरा है और ये ककड़ी है और इसको नमक लगा कर दे रहे हैं, तो हमने भी करवा लिया। गर्मी बहुत है, गर्मी में खाना सेहत के लिए बहुत अच्छा होता है, तो आप भी गर्मी में ज़रूर खाया करो, अच्छा होता है। तो लेते हैं और गाड़ी हमारी खड़ी है तो हम ले के निकलते हैं। लो जी, खीरे, ककड़ी, ਤਰਾਂ ਔਰ ਖੀਰਾ, ਔਰ ਇਹ ਖਾਂਦੇ ਹਾਂ, ਫਿਰ ਚੱਲਦੇ ਹਾਂ ਪਠਾਨਕੋਟ ਮਿੰਨੀ ਗੋਆ। ਇਸ ਟਾਈਮ ਮਿੰਨੀ ਗੋਆ ਔਰ ਪੰਜਾਬ ਦੇ ਵਿੱਚ ਇਹ ਜੋ ਲੋਕੇਸ਼ਨ ਪੈਂਦੀ ਆ, ਬਹੁਤ ਹੀ ਖੂਬਸੂਰਤ ਲੋਕੇਸ਼ਨ ਆ। ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ, ਜੋ ਪਹਾੜੀਆਂ ਨੇ, ਜੋ ਨਦੀ ਆ, ਜੋ ਨਹਿਰ ਆ, ਬਹੁਤ ਹੀ ਖੂਬਸੂਰਤ ਆ। ਔਰ ਇਹ ਜੋ ਲੋਕੇਸ਼ਨ ਆ ਪੰਜਾਬ ਦੇ ਵਿੱਚ ਪੈਂਦੀ ਆ, ਔਰ ਕਿਸੇ ਵੀ ਜਗ੍ਹਾ ਤੋਂ ਤੁਸੀਂ ਅੰਮ੍ਰਿਤਸਰ ਤੋਂ ਲਗਾ ਲਓ ਜਾਂ ਜਲੰਧਰ ਤੋਂ ਲਗਾ ਲਓ, ਕਿਸੇ ਵੀ ਸਾਈਡ ਤੋਂ 2 ਤੋਂ 2.5 ਘੰਟੇ ਦਾ ਰਸਤਾ ਹੈ, ਤੁਸੀਂ ਇਸ ਜਗ੍ਹਾ 'ਤੇ, ਇਸ ਲੋਕੇਸ਼ਨ 'ਤੇ ਪਹੁੰਚ ਸਕਦੇ ਹੋ। ਔਰ ਬਹੁਤ ਹੀ ਖੂਬਸੂਰਤ ਜਗ੍ਹਾ ਹੈ ਬੱਚਿਆਂ ਵਾਸਤੇ, ਤੁਹਾਡੇ ਵਾਸਤੇ, ਆਉਣ ਵਾਲੀ ਇਵੈਂਟ ਸਮਰ ਵਾਸਤੇ, ਸੋਰੀ। ਹਾਂਜੀ ਭਾਜੀ, ਕਿੱਦਾਂ ਲੱਗਾ ਤੁਹਾਨੂੰ ਮਿੰਨੀ ਗੋਆ? ਵਧੀਆ ਲੱਗਾ, ਬਹੁਤ ਵਧੀਆ। ਔਰ ਅੱਜ ਕਿੱਦਾਂ ਦਾ ਲੱਗਾ? ਅੱਜ ਤੇ ਸੁਨਸਾਨ ਦੀ ਪਈ, ਸੁਨਸਾਨ ਪਈ ਆ ਅੱਜ, ਸਹੀ ਨਹੀਂ, ਕੋਈ ਫਾਇਦਾ ਨਹੀਂ ਹੈਗਾ ਜੀ, ਕੋਈ ਫਾਇਦਾ ਨਹੀਂ ਹੈਗਾ। ਸੰਡੇ ਆਉਣ ਦਾ ਫਾਇਦਾ ਇੱਥੇ, ਸੰਡੇ ਕਹਿੰਦੇ ਆ ਕਿ ਕਾਫੀ ਬਹੁਤ ਵਧੀਆ ਰਸ਼ ਹੁੰਦਾ ਵਾ, ਸੰਡੇ ਕਾਫੀ ਰਸ਼ ਹੁੰਦਾ ਵਾ, ਤੇ ਜਦੋਂ ਅਗਰ ਤੁਸੀਂ ਜਦੋਂ ਵੀ ਆਓ, ਸੰਡੇ ਆਓ, ਸੰਡੇ ਆਉਣਾ ਬਸ, ਅੰਮ੍ਰਿਤਸਰ ਤੋਂ ਆਓ, ਜਲੰਧਰ ਆਓ ਜਾਂ ਕਿਤੇ ਵੀ ਆਓ, 2 ਘੰਟੇ ਦਾ ਰਸਤਾ ਪੈਂਦਾ ਜੀ, ਅੰਮ੍ਰਿਤਸਰ ਤੋਂ, ਜਲੰਧਰ ਤੋਂ ਕਿਤੇ ਵੀ 2 ਘੰਟੇ ਦਾ ਰਸਤਾ ਪੈਂਦਾ ਵਾ, ਅਗਰ ਜਦੋਂ ਵੀ ਆਉਣਾ ਸੰਡੇ ਆਉਣਾ ਵਾ, ਸੰਡੇ ਤੋਂ ਇਲਾਵਾ ਕਦੀ ਨਾ ਆਇਓ ਤੁਹਾਨੂੰ। ਲਓ ਜੀ, ਆਹ ਬਿਰਿਆਨੀ ਲਿਆਂਦੀ ਅਸੀਂ, ਇਹ ਖਾਂਦੇ ਹਾਂ, ਭੁੱਖ ਲੱਗੀ ਹੈ ਕਾਫੀ, ਨਾਲ ਅਸੀਂ ਕੁਛ ਖਾਣੇ ਲਿਆਂਦਾ, ਟਿਸ਼ੂ ਪੇਪਰ ਲੈਂਦੇ ਸੀ, ਪਾਣੀ ਦੀ ਬੋਤਲ ਲੈਂਦੀ ਸੀ, ਪਾਣੀ ਗਲਾਸ ਆ ਗਏ ਆ, ਬਿਰਿਆਨੀ ਆ ਗਈ ਆ, ਬਿਰਿਆਨੀ ਅਸੀਂ ਪਿੱਛੋਂ ਪੈਕ ਕਰਾ ਲਈ ਸੀ, ਔਰ ਸਾਡੇ ਭਰਾ ਬੇਟੇ ਨੇ ਨਾਲ, ਇਹ ਬਿਰਿਆਨੀ ਖਾਂਦੇ ਹਾਂ, ਔਰ ਇਸ ਤੋਂ ਬਾਅਦ ਨੈਕਸਟ ਕੀ ਐਕਟੀਵਿਟੀ ਹੁੰਦੀ ਆ ਉਹ ਦੇਖਦੇ ਹਾਂ। ਤੋ ਸਾਡੇ ਵੱਡੇ ਭਰਾ ਦਾ ਪਲਾਨ ਆ ਕਿ ਡਲਹੌਜੀ ਚੱਲੀਏ, ਡਲਹੌਜੀ ਸਹੀ ਆ, ਹਾਂ ਡਲਹੌਜੀ ਸਹੀ ਆ, ਅਤੇ ਦੇਖਦੇ ਹਾਂ, ਇੱਥੋਂ 1.5 ਘੰਟੇ ਦਾ ਰਸਤਾ, ਚੱਲਦੇ ਹਾਂ, ਪਹਿਲਾਂ ਅਸੀਂ ਬਿਰਿਆਨੀ ਖਾ ਲਈਏ, ਚਿਕਨ ਬਿਰਿਆਨੀ, ਓਕੇ ਖਾਓ ਭਾਜੀ, ਓਕੇ ਨੈਕਸਟ ਚੱਲਦੇ ਹਾਂ, ਮੇਰੇ ਖਿਆਲ ਨਾਲ ਡਲਹੌਜੀ ਦਾ ਪਲਾਨ ਬਣ ਰਿਹਾ ਵਾ, ਅਗਰ ਬਣ ਗਏ ਤਾਂ ਫਿਰ ਉੱਥੇ ਜਾਵਾਂਗੇ। ਅਸੀਂ ਅਗਰ ਆਉਂਦੇ ਹਾਂ ਇਸ ਵਕੇਸ਼ਨ 'ਤੇ ਤਾਂ ਸਾਨੂੰ ਇਸ ਜਗ੍ਹਾ ਦੀ ਜੋ ਸਫਾਈ ਆ ਉਹ ਖੁਦ ਕਰਨੀ ਚਾਹੀਦੀ ਹੈ, ਕਿਉਂਕਿ ਅਗਰ ਕੁਛ ਵੀ ਅਸੀਂ ਖਾਂਦੇ ਹਾਂ ਪੀਂਦੇ ਹਾਂ ਤਾਂ ਉਸ ਜਗ੍ਹਾ ਨੂੰ ਅਸੀਂ ਖੁਦ ਸਾਫ਼ ਕਰਨਾ ਵਾ, ਅਸੀਂ ਸਾਡਾ ਫਰਜ਼ ਬਣਦਾ ਕਿ ਅਸੀਂ ਉਸ ਲੋਕੇਸ਼ਨ ਨੂੰ, ਉਸ ਜਗ੍ਹਾ ਨੂੰ ਖੁਦ ਸਾਫ਼। ਮਿੰਨੀ ਗੋਆ ਤੋਂ ਨਿਕਲ ਗਏ ਹਾਂ, ਕਾਫ਼ੀ ਨੀਚੇ ਮਿੰਨੀ ਗੋਆ ਰਹਿ ਗਈ ਆ, ਅਸੀਂ ਮਿੰਨੀ ਗੋਆ ਤੋਂ ਬਹੁਤ ਉੱਪਰ ਹਾਈਟ 'ਤੇ ਹਾਂ, ਹੁਣ ਅਸੀਂ ਜਾ ਰਹੇ ਹਾਂ ਡਲਹੌਜੀ ਵੱਲ ਨੂੰ। ਲਓ ਜੀ, ਅਸੀਂ ਹੁਣ ਰਸਤੇ 'ਚਾਂ ਜੀ, ਹੁਣ ਅਸੀਂ ਪਹੁੰਚਣ ਵਾਲੇ ਹਾਂ ਡਲਹੌਜੀ। ਡਲਹੌਜੀ ਦਾ ਰਸਤਾ ਜੋ ਤਕਰੀਬਨ 15 ਤੋਂ 20 ਮਿੰਟ ਦਾ ਰਸਤਾ ਰਹਿ ਗਿਆ ਹੈ, ਇਹ ਨਦੀ ਹੈ ਜੋ ਅਸੀਂ ਕ੍ਰੋਸ ਕਰ ਰਹੇ ਹਾਂ, ਇਹ ਜੋ ਪੁਲ ਹੈ, ਅਸੀਂ ਇਸ ਸਾਈਡ 'ਤੇ ਹਾਂ
ਔਰ ਉਸ ਸਾਈਡ 'ਤੇ ਅਸੀਂ ਜਾਣਾ ਵਾ। ਉਸ ਤੋਂ ਬਾਅਦ ਅਸੀਂ ਉਹ ਜੋ ਸਾਹਮਣੇ ਪਹਾੜੀ ਦਿਖ ਰਹੀ ਹੈ ਉਸ ਤੋਂ ਪਾਰ ਜਾਣਾ ਵਾ। ਉਸ ਤੋਂ ਬਾਅਦ 'ਚ ਲਓ ਜੀ ਸ਼ੁਰੂ ਆ, 15 ਤੋਂ 20 ਮਿੰਟ ਦਾ ਰਸਤਾ ਵਾ, ਔਰ ਉਸ ਰਸਤੇ 'ਤੇ ਪਹੁੰਚ ਕੇ ਉਸ ਲਓ ਜੀ ਲੋਕੇਸ਼ਨ 'ਤੇ ਪਹੁੰਚ ਕੇ ਫਿਰ ਅਸੀਂ ਤੁਹਾਡੇ ਨਾਲ ਜੋ ਵੀ ਲੋਕੇਸ਼ਨ ਆ ਉਹ ਸ਼ੇਅਰ ਕਰਾਂਗੇ। ਸੋ ਰਸਤਾ ਬਹੁਤ ਹੀ ਖਰਾਬ ਆ, ਲੇਕਿਨ ਵਧੀਆ ਲੋਕੇਸ਼ਨ ਆ, ਬਹੁਤ ਹੀ ਵਧੀਆ ਵਾ ਪੰਜਾਬ ਦੇ ਨਾਲ। ਆਪਾਂ ਬਹੁਤ ਹੀ ਦੂਰ ਜਾਣ ਦੀ ਲੋੜ ਨਹੀਂ ਆ, ਸਾਨੂੰ ਪੰਜਾਬ ਦੇ ਵਿੱਚ ਹੀ ਬਹੁਤ ਵਧੀਆ ਲੋਕੇਸ਼ਨ ਮਿਲ ਜਾਂਦੀ ਆ ਗਰਮੀਆਂ ਦੀ ਛੁੱਟੀਆਂ ਦੇ ਲਈ। ਦਿੱਲੀ ਪਹੁੰਚ ਗਏ ਜੀ ਅਸੀਂ ਡਲਹੌਜ਼ੀ, ਕਾਫੀ ਉੱਚੀ ਹਾਈਟ 'ਤੇ ਹਾਂ ਔਰ ਮੌਸਮ ਇੱਥੇ ਦਾ ਬਹੁਤ ਠੰਡਾ ਹੈ ਜੀ, ਠੰਡਾ ਮੌਸਮ ਆ। ਔਰ ਜਦੋਂ ਅਸੀਂ ਮਿੰਨੀ ਗੋਆ ਸੀ ਉੱਥੇ ਗਰਮੀ ਸੀ, ਕਾਫੀ ਧੁੱਪ ਸੀ ਔਰ ਗਰਮੀ ਬਹੁਤ ਸੀ, ਔਰ ਪਰ ਇੱਥੇ ਵਧੀਆ ਮੌਸਮ ਆ, ਠੰਡਾ ਮੌਸਮ ਆ। ਇੱਥੋਂ ਦਾ ਜੋ ਵਿਊ ਪੁਆਇੰਟ ਆ ਬਹੁਤ ਹੀ ਸੋਹਣਾ ਲੱਗ ਰਿਹਾ, ਨੀਚੇ ਦੂਰ ਦੂਰ ਤੱਕ ਸਾਨੂੰ ਬੱਦਲ ਦਿਖ ਰਹੇ ਨੇ ਥੱਲੇ, ਔਰ ਸੂਰਜ ਛਿਪ ਰਿਹਾ ਵਾ, ਉਹਦਾ ਜੋ ਨਜ਼ਾਰਾ ਬਹੁਤ ਹੀ ਵਧੀਆ ਲੱਗ ਰਿਹਾ, ਵਿਊ ਪੁਆਇੰਟ ਬਹੁਤ ਵਧੀਆ ਹੈ। ਸੁਭਾਸ਼ ਚੰਦਰ ਬੋਸ ਜੀ ਦਾ ਸਟੈਚੂ ਬਣਿਆ ਹੋਇਆ, ਔਰ ਬਹੁਤ ਵਧੀਆ ਲੱਗ ਰਿਹਾ ਇੱਥੇ ਦਾ ਮੌਸਮ, ਹੈ ਨਾ, ਬਹੁਤ ਸ਼ਾਂਤਮਈ, ਬਹੁਤ ਹੀ ਸੋਹਣਾ ਮੌਸਮ ਆ ਇੱਥੇ ਦਾ, ਠੰਡਾ ਮੌਸਮ ਆ। ਹੋਟਲ ਇੱਥੇ ਨੇ ਜੋ ਤੁਸੀਂ ਚਾਰੇ ਪਾਸੇ ਦੇਖ ਸਕਦੇ ਹੋ, ਇਹ ਸਾਰੇ ਹੋਟਲ ਨੇ ਜੋ ਟੂਰਿਸਟ ਵਾਸਤੇ ਹੁੰਦੇ ਨੇ, ਔਰ ਬਹੁਤ ਹੀ ਘੱਟ ਰੇਟ 'ਤੇ ਸਾਨੂੰ ਇਹ ਜਿਹੜੇ ਹੋਟਲ। ਆਉਣ ਵਾਲੀਆਂ ਗਰਮੀਆਂ ਦੀਆਂ ਛੁੱਟੀਆਂ ਤੁਸੀਂ ਇੱਥੇ ਆਪਣੇ ਫੈਮਿਲੀ ਦੇ ਨਾਲ ਮਨਾ ਸਕਦੇ ਹੋ, ਬਹੁਤ ਹੀ ਸਸਤਾ ਔਰ ਪੰਜਾਬ ਦੇ ਬਹੁਤ ਹੀ ਨਜ਼ਦੀਕ ਜੋ ਇਹ ਲੋਕੇਸ਼ਨ ਹੈਗੀ ਆ। ਤੁਸੀਂ ਨੈਕਸਟ ਵੀਡੀਓ ਵੀ